ਪਹਿਲਾਂ ਮਰਨ ਕਬੂਲ। ਉਹਦੇ ਤੋਂ ਬਾਅਦ ਆਪਾਂ ਪਤਾ ਕੀ ਕਰਦੇ ਹਾਂ, ਆਪਾਂ ਲੰਮੀਆਂ ਉਮਰਾਂ ਵਾਸਤੇ ਅਰਦਾਸਾਂ ਕਰਦੇ ਹਾਂ। ਬੰਦਾ 90 ਸਾਲਾਂ ਦਾ ਵੀ ਹੋਵੇ ਤੇ ਉਹਦਾ ਜਨਮ ਦਿਨ ਮਨਾਇਆ ਜਾ ਰਿਹਾ ਹੋਵੇ ਤੇ ਗੁਰਦੁਆਰੇ ਤੇ ਧਰਮ ਅਸਥਾਨਾਂ ਤੇ ਅਰਦਾਸ ਹੁੰਦੀ ਆ, ਵਾਹਿਗੁਰੂ ਲੰਮੀ ਉਮਰ ਬਖਸ਼ ਉਹਨੂੰ। ਤੇ ਬਾਣੀ ਕੀ ਕਹਿੰਦੀ ਆ, ਆਪਾਂ ਲੰਮੀਆਂ ਉਮਰਾਂ ਵਾਸਤੇ ਅਰਦਾਸਾਂ ਕਰਦੇ ਹਾਂ ਵੀ ਇਹਨੂੰ ਲੰਮੀ ਉਮਰ ਦੇ। ਖਸਮ ਦੀ ਬਾਣੀ ਕਹਿੰਦੀ ਪਹਿਲਾਂ ਮਰਨ ਕਬੂਲ, ਉਹਦੇ ਤੋਂ ਬਾਅਦ ਜੀਵਨ ਕੀ ਛੱਡ ਆਸ। ਜੇ ਲੰਮੀ ਜ਼ਿੰਦਗੀ ਜੀਣ ਆਸ ਆ ਤੇ ਘਰੇ ਹੀ ਰਹੋ, ਗੁਰੂ ਦੀ ਗੋਦੀ ਚ ਥਾਂ ਨਹੀਂ ਕਿ ਮਿਲਦੀ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਆਸ ਦਾ ਮਤਲਬ ਖਾਸ਼, ਤਮੰਨਾ, ਉਮੰਗ ਖਤਮ ਕਰ ਦੇ ਆਪਣੇ ਦਿਲ ਚ। ਜ਼ਿੰਦਗੀ ਕਿੰਨੀ ਜੀਣੀ ਆ, ਇੱਕ 7 ਸਾਲ ਦੀ ਜ਼ਿੰਦਗੀ ਜੀਂਦਾ ਆ ਤੇ ਜਿਹੜੇ ਕੰਮ ਕਈ 70 ਸਾਲ ਦੀ ਉਮਰ ਚ ਵੀ, 7 ਨਾਲ ਬਿੰਦੀ ਲਾ ਦੋ 70 ਹੋ ਗਏ, 7 ਸਾਲ ਦੀ ਉਮਰ ਵਿੱਚ ਬਾਬਾ ਫਤਿਹ ਸਿੰਘ ਨੀਂਹ ਚ ਚਿਣਿਆ ਜਾ ਰਿਹਾ ਆ ਤੇ 70-70 ਸਾਲ ਦੀ ਜ਼ਿੰਦਗੀ ਜੀ ਕੇ ਸੰਸਾਰ ਤੋਂ ਵਿਅਰਥ ਜ਼ਿੰਦਗੀ ਗੁਜ਼ਾਰ ਕੇ ਟੁਰ ਗਏ। 4 ਸਾਲ ਦਾ ਭਾਈ ਅਜੈ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਦਾ ਪੁੱਤ, ਅੱਜ ਵੀ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਉੱਤੇ ਲਿਖਿਆ, ਕੋਈ ਹੋ ਸਕਦਾ 100 ਸਾਲ ਦੀ ਜ਼ਿੰਦਗੀ ਜੀ ਕੇ ਵੀ ਜੀਵਨ ਦੀ ਬਾਜੀ ਹਾਰ ਕੇ ਚਲਾ ਗਿਆ। ਸ਼ਹਾਦਤ ਦੀ ਗੱਲ ਚੱਲ ਰਹੀ ਸੀ, ਜਿਵੇਂ ਆਪ ਜੀ ਨੇ ਸਰਵਣ ਕੀਤਾ ਕਿ ਸ਼ਹਾਦਤ ਦਾ ਅਰਥ ਹੈ ਗਵਾਹੀ, ਸ਼ਹੀਦੀ। ਜਿਹਨੇ ਗਵਾਹੀ ਸੱਚ ਵਾਲੇ ਪਾਸੇ, ਧਰਮ ਵਾਲੇ ਪਾਸੇ ਦੇ ਦਿੱਤੀ ਆ, ਉਹ ਸ਼ਹੀਦ ਆ। ਔਰ 2 ਤਰ੍ਹਾਂ ਦੀ ਬਾਤ ਆਉਂਦੀ ਆ, ਇੱਕ ਉਹ ਸ਼ਹੀਦ, ਇੱਕ ਉਹ ਆਪਾਂ ਕੁਰਬਾਨ ਕਰਨ ਵਾਲੇ ਤੇ ਸੱਚ ਵਾਲੇ ਪਾਸੇ ਗਵਾਹੀ ਦੇਣ ਵਾਲੇ ਜਿਹੜੇ ਸ਼ਾਂਤ ਰਸ ਵਿੱਚ ਰਹੇ ਆ। ਸ਼ਾਂਤ ਰਸ ਭਾਈ ਮਤੀ ਦਾਸ ਆਰੇ ਨਾਲ ਚੀਰਿਆ ਜਾਵੇ, ਭਾਈ ਦਿਆਲਾ ਜੀ ਪਾਣੀ ਦੀ ਦੇਗ ਵਿੱਚ ਉਬਾਲੇ ਖਾਣ, ਭਾਈ ਸਤੀ ਦਾਸ ਰੂਹ ਵਿੱਚ ਲਿਪਟ ਕੇ ਸੜ ਜਾਏ, ਸ਼ਹਾਦਤ ਦਾ ਜਾਮ ਪੀ ਲੇ, ਕਿਸੇ ਦਾ ਬੰਦ ਬੰਦ ਕੱਟਿਆ ਜਾਏ, ਕਿਸੇ ਦੀ ਖੋਪੜੀ ਲੱਥ ਜਾਏ, ਸ਼ਾਂਤ ਰਸ ਵਿੱਚ ਰਹਿ ਕੇ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਆ, ਸ਼ਹੀਦੀ ਦਿੱਤੀ ਹੈ। ਕਿਹੜੇ ਨਾਂ ਲਏ ਜਾ ਸਕਦੇ ਆ? ਦੂਸਰਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਲਗੀਧਰ ਪਾਤਸ਼ਾਹ ਦੇ ਪਰਿਵਾਰ ਵਿੱਚੋਂ ਹੀ ਤੁਹਾਨੂੰ ਦੋਵੇਂ ਦਲੀਲਾਂ ਮਿਲ ਜਾਣੀਆਂ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਸ਼ਾਂਤ ਰਸ ਦੇ ਵਿੱਚ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਉਹਨਾਂ ਦੀ ਸ਼ਹਾਦਤ ਸ਼ਾਂਤ ਰਸ ਦੇ ਵਿੱਚ। ਅਰਥਾਤ ਜ਼ੁਲਮ ਸਹਿ ਜਾਣਾ ਆ ਪਰ ਧਰਮ ਵਾਲੇ ਪਾਸੇ ਪਿੱਠ ਨਹੀਂ ਕਰ। ਦੂਸਰਾ ਵੀਰ ਰਸ, ਜੰਗ ਦੇ ਮੈਦਾਨ ਵਿੱਚ ਜੂਝ ਕੇ ਸ਼ਹਾਦਤ ਦਾ ਜਾਮ ਪੀਣਾ। ਚਮਕੌਰ ਦੀ ਗੜੀ ਦੇ ਬਾਹਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ, ਸ਼ਹਾਦਤ ਉਹਨਾਂ ਦੀ ਵੀ ਆ। ਪਰ ਇੱਕ ਗੱਲ ਆਖਾਂ, ਖਿਮਾ ਕਰਿਓ ਜੇ ਹੈ ਸੱਚਾਈ, ਕਲਗੀਆਂ ਵਾਲੇ ਦਾਤੇ ਦੇ ਜਦੋਂ ਵੱਡੇ ਸਾਹਿਬਜ਼ਾਦੇ ਦੋਵੇਂ ਸ਼ਹੀਦ ਹੋਏ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਜੰਗ ਦੇ ਮੈਦਾਨ ਚ 10 ਲੱਖ ਦਾ ਟਾਕਰਾ ਕਰਕੇ ਸ਼ਹੀਦ ਹੋ ਰਹੇ ਆ, ਉਦੋਂ ਤੇ ਉਹਨੇ ਕਿਸੇ ਬੂਟੇ ਨੂੰ ਪੁੱਟ ਕੇ ਨਹੀਂ ਨਾ ਆਖਿਆ ਵੀ ਜੜ ਪੁੱਟੀ ਗਈ ਆ, ਉਦੋਂ ਤਾਂ ਨਹੀਂ ਆਖਿਆ ਨਾ ਉਹਨੇ, ਕਦੋਂ ਆਖਿਆ? ਪਤਾ ਲੱਗਦੀ ਨਾ ਗੱਲ। ਆਖੋ ਸਤਨਾਮ ਸ਼੍ਰੀ, ਸਾਰੀ ਸੰਗਤ ਸਾਰੀਆਂ ਭੈਣੋ ਸਤਨਾਮ ਸ਼੍ਰੀ ਵਾਹਿਗੁਰੂ। ਕਿਉਂਕਿ ਕਈਆਂ ਨੂੰ ਮਾਰ ਕੇ, ਕਈਆਂ ਦੇ ਸਾਹਮਣੇ ਜੂਝ ਕੇ ਸ਼ਹਾਦਤ ਦਾ ਜਾਮ ਪੀਤਾ, ਪਰ ਜਿੱਦਣ 81 ਸਾਲਾਂ ਦੀ ਮਾਂ ਠੰਡੇ ਬੁਰਜ ਚ ਸ਼ਹੀਦ ਹੋਈ, ਕੰਨਾਂ ਚ ਆਵਾਜ਼ ਪਈ ਨੂਰੇ ਮਾਈ ਕੋਲੋਂ, ਜਿੱਦਣ ਮਾਤਾ ਗੁਜਰ ਕੌਰ ਠੰਡੇ ਬੁਰਜ ਸ਼ਹਾਦਤ ਦਾ ਜਾਮ ਪੀਂਦੇ ਆ, 81 ਸਾਲਾਂ ਦੀ ਆ, 81 ਈਅਰਸ ਓਲਡ ਮਾਤਾ ਗੁਜਰ, 81 ਸਾਲਾਂ ਦੀ। 2 ਛੋਟੇ ਸਾਹਿਬਜ਼ਾਦੇ 7 ਸਾਲ 9 ਸਾਲ ਦੇ, ਜਿਨ੍ਹਾਂ ਦੇ ਦੁੱਧ ਵਾਲੇ ਦੰਦ ਵੀ ਨਹੀਂ ਟੁੱਟੇ ਅਜੇ, ਜਦੋਂ ਉਹਨਾਂ ਦੀ ਖਬਰ ਕੰਨੀ ਪਈ, ਮਾਲਕਾ ਉਹ ਮੇਰਾ 7 ਸਾਲ ਦਾ 9 ਸਾਲ ਦਾ ਜ਼ੋਰਾਵਰ ਫਤਿਹ, ਉਹਨਾਂ ਦਾ ਤਾਂ ਕਸੂਰ ਹੀ ਕੋਈ ਨਹੀਂ, ਉਹਨਾਂ ਨੇ ਤਾਂ ਕਿਸੇ ਦਾ ਦਿਲ ਹੀ ਨਹੀਂ ਦੁਖਾਇਆ, ਉਹਨਾਂ ਤੇ ਕਦੇ ਕਿਸੇ ਦੇ ਥੱਪੜ ਵੀ ਨਹੀਂ ਮਾਰਿਆ। ਮੇਰੇ 7 ਸਾਲ ਦੇ ਫਤਿਹ ਨੇ ਕਦੇ ਕਿਸੇ ਦੇ ਚਪੇੜ ਵੀ ਨਹੀਂ ਮਾਰੀ ਅੱਜ ਤੱਕ।
ਮੇਰੇ 9 ਸਾਲ ਦੇ ਜੋਰਾਵਰ ਨੇ ਅੱਜ ਤੱਕ ਕਦੇ ਨੂੰ ਫਿੱਟੇ ਮੂੰਹ ਵੀ ਨਹੀਂ ਕਿਸੇ ਨੂੰ ਆਖਿਆ ਵੀ ਕਿਸੇ ਦਾ ਦਿਲ ਹੀ ਦੁਖਾਇਆ ਇਹ ਗੱਲ ਕਹਿ ਕੇ, ਮਤਲਬ ਭਾਵ ਸਮਝਦੇ ਹੋ, ਇੰਨੀ ਗੱਲ ਕਹਿ ਕੇ ਕਿਸੇ ਦਾ ਦਿਲ ਨੇ ਦੁਖਾਇਆ। ਤੇ ਤਸੀਹੇ ਏਡੇ ਵੱਡੇ, ਤਸੀਹੇ ਜ਼ੁਲਮ ਏਡਾ ਵੱਡਾ, ਇਹ ਫਿਰ ਤੁਹਾਨੂੰ ਉਦੋਂ ਹੀ ਦਲੀਲ ਮਿਲੀ ਨਾ ਜਦੋਂ ਉਹਨੇ ਤੀਰ ਨਾਲ ਦੱਬਦਾ, ਕੋਈ ਕਾਈ ਦਾ ਲਿਖਦਾ ਦੱਬਦਾ, ਗੱਲ ਤੇ ਬੂਟਾ ਪੁੱਟਣ ਦੀ ਆ ਨਾ, ਉਹਨੇ ਬੂਟਾ ਪੁੱਟ ਕੇ ਆਖਿਆ ਅੱਜ ਤੁਹਾਡੇ ਜ਼ੁਲਮ ਦੀ ਜੜ ਪੁੱਟੀ ਗਈ, ਕਿਉਂਕਿ ਬੜਾ ਵੱਡਾ ਜ਼ੁਲਮ ਹੋ ਗਿਆ, ਬਹੁਤ ਵੱਡਾ ਅਤਿਆਚਾਰ ਹੋ ਗਿਆ ਵਾ ਤੁਹਾਡੇ ਰਾਜ ਚ। ਗੱਲ ਕਰ ਰਿਹਾ ਸਾਂ ਇੱਕ ਸ਼ਾਂਤਮਈ ਸ਼ਹਾਦਤ ਆ, ਦੂਸਰੀ ਵੀਰ ਰਸ ਦੇ ਵਿੱਚ ਸ਼ਹਾਦਤ ਆ। ਪਰ ਜਦੋਂ ਸ਼ਹਾਦਤ ਦਾ ਜ਼ਿਕਰ ਕਰਦੇ ਹੋ ਆਹ ਪੰਕਤੀ ਆਉਂਦੀ ਆ, ਆਪਾਂ ਸਾਰੇ ਹਾਂ ਜੀ, ਤੁਸੀਂ ਸਾਰੇ ਬਾਣੀ ਪੜ੍ਹਨ ਵਾਲੇ ਗੁਰੂ ਦਰਬਾਰ ਚ ਬੈਠੇ ਹੋ, ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕੇ ਹੇਤ। ਦੀਨ ਦੇ ਦੋ ਅਰਥ ਆ, ਦੀਨ ਦੇ ਅਰਥ ਦੋ ਆ, ਦੀਨ ਦਾ ਅਰਥ ਆ ਧਰਮ ਤੇ ਦੀਨ ਦਾ ਅਰਥ ਆ ਗਰੀਬ। ਜਦੋਂ ਭਗਤ ਕਬੀਰ ਸਾਹਿਬ ਨੇ ਬਚਨ ਵਰਤਿਆ ਕਬੀਰ ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ, ਉੱਥੇ ਦੀਨ ਦਾ ਅਰਥ ਹੈ ਧਰਮ, ਧਰਮ ਗਵਾ ਲਿਆ ਦੁਨੀਆਂ ਦੀ ਖਾਤਰ, ਦੀਨ ਗਵਾਇਆ ਦੁਨੀ ਸਿਉ ਉੱਥੇ ਦੀਨ ਦਾ ਅਰਥ ਧਰਮ। ਭਗਤ ਰਵਿਦਾਸ ਜੀ ਨੇ ਇੱਕ ਜਗ੍ਹਾ ਤੇ ਬਚਨ ਵਰਤਿਆ, ਉਹ ਫਰਮਾਉਂਦੇ ਹਮ ਸਰ ਦੀਨ ਦਇਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ, ਉੱਥੇ ਦੀਨ ਦਾ ਅਰਥ ਗਰੀਬ। ਪੰਕਤੀ ਪੜ੍ਹ ਰਿਹਾ ਸਾਂ ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕੇ ਹੇਤ। ਇੱਥੇ ਸੱਚ ਆ ਕਿ ਦੀਨ ਧਰਮ ਵਾਸਤੇ ਲੜਨਾ ਵਾ, ਧਰਮ ਵਾਸਤੇ ਮਰਨਾ ਆ, ਧਰਮ ਵਾਸਤੇ ਸ਼ਹੀਦ ਹੋਣਾ ਆ। ਇੱਕ ਵਿਦਵਾਨ ਨੇ ਇਸ ਪੰਕਤੀ ਦਾ ਅਰਥ ਧਿਆਨ ਨਾਲ ਸੁਣਿਆ, ਇਕਾਗਰ ਰਿਹਾ, ਇੱਕ ਵਿਦਵਾਨ ਨੇ ਇਸ ਤੁਕ ਦਾ ਅਰਥ ਵੀ ਸੂਰਾ ਸੋ ਪਹਿਚਾਨੀ ਹੈ ਜੋ ਲਰੇ ਦੀਨ ਕੇ ਹੇਤ, ਉੱਥੇ ਉਹਨੇ ਦੀਨ ਦਾ ਅਰਥ ਗਰੀਬ ਕੀਤਾ, ਤੇ ਦੋਵੇਂ ਅਰਥ ਇਕੱਠੇ ਹੋ ਜਾਣੇ ਜੀ ਇੱਥੇ। ਕਹਿੰਦੇ ਉਹ ਵੀ ਬੜਾ ਤਕੜਾ ਸੂਰਮਾ ਆ, ਬੜਾ ਤਕੜਾ ਯੋਧਾ ਆ, ਸੂਰਬੀਰ ਤੇ ਮਹਾਬਲੀ ਆ। ਪੁੱਛਿਆ ਕੌਣ? ਕਹਿੰਦੇ ਜਿਹੜਾ ਕਿਸੇ ਗਰੀਬ ਵਾਸਤੇ ਵੀ, ਕਿਸੇ ਦੀਨ ਵਾਸਤੇ, ਕਿਸੇ ਮਜ਼ਲੂਮ ਵਾਸਤੇ ਵੀ ਲੜਦਾ ਆ। ਤੇ ਚੇਤੇ ਰੱਖਿਓ ਉਹਨੇ ਦੀਨ ਵਾਸਤੇ, ਗਰੀਬ ਤੇ ਮਜ਼ਲੂਮ ਵਾਸਤੇ ਲੜਨਾ ਆਪਣਾ ਕੀ ਸਮਝ ਲਿਆ? ਧਰਮ। ਦੋਵੇਂ ਅਰਥ, ਦੋਵੇਂ ਭਾਵ ਇਕੱਠੇ ਹੋ ਗਏ। ਉਹਨੇ ਗਰੀਬ ਵਾਸਤੇ ਲੜਨਾ, ਮਜ਼ਲੂਮ ਵਾਸਤੇ ਲੜਨਾ ਤੇ ਧਰਮ ਵਾਸਤੇ ਲਹੂ ਡੋਲ ਜਾਣਾ, ਗਰੀਬ ਵਾਸਤੇ ਮਜ਼ਲੂਮ ਲਈ ਆਪਣਾ ਲਹੂ ਡੋਲ ਜਾਣਾ, ਉਹਨੇ ਕੀ ਇਹਨੂੰ ਮੰਨ ਲਿਆ ਆਪਣਾ ਧਰਮ। ਓਏ ਆਪਾਂ ਤੇ ਸਿੱਖ ਆ, ਆਰੀਆ ਸਮਾਜੀ ਲਾਲਾ ਦੌਲਤ ਰਾਏ ਪਤਾ ਕੀ ਕਹਿੰਦਾ? ਕਹਿੰਦਾ ਭਾਰਤ ਦੇਸ਼ ਵਿੱਚ ਅਗਰ ਕਿਸੇ ਨੇ ਮਜ਼ਲੂਮਾਂ ਦੀ ਬਾਂਹ ਫੜ ਕੇ, ਗਰੀਬਾਂ ਦੀ ਬਾਂਹ ਫੜ ਕੇ ਜੇ ਕਿਸੇ ਨੂੰ ਧਰਤੀ ਤੋਂ ਚੁੱਕ ਕੇ ਆਪਣੇ ਗਲ ਨਾਲ ਲਾਇਆ ਤੇ ਜੇ ਕਿਸੇ ਨੂੰ ਉੱਚਾ ਚੁੱਕਣ ਵਾਸਤੇ ਭਾਵੇਂ ਸਰਬੰਸ ਲਟਾਇਆ ਆ, ਕਹਿੰਦਾ ਦੁਨੀਆਂ ਦਾ ਭਾਰਤ ਦੇਸ਼ ਵਿੱਚ ਪੈਦਾ ਹੋਇਆ ਇੱਕੋ ਇੱਕ ਰਹਿਬ ਰਿਹਾ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਹੈਰਾਨੀ ਕੁੰਨ ਗੱਲ ਇਹ ਵੇ, ਉਹ ਜਿਹੜਾ ਬੰਦਾ ਵਾ ਉਹ ਸਿੱਖ ਨਹੀਂ ਗਾ, ਮੇਰਾ ਭਾਵ ਕਹਿਣ ਦਾ ਆਰੀਆ ਸਮਾਜੀ ਬੰਦਾ, ਦਯਾਨੰਦ ਨੂੰ ਮੰਨਣ ਵਾਲਾ, ਕਹਿੰਦਾ ਭਾਰਤ ਦੇਸ਼ ਵਿੱਚ ਜੇ ਕਿਸੇ ਨੇ ਦੀਨਾਂ ਨੂੰ, ਗਰੀਬਾਂ ਨੂੰ ਗੱਲ ਨਾਲ ਲਾਇਆ ਤੇ ਧਰਤੀ ਤੋਂ ਚੁੱਕ ਕੇ ਆਪਣੀ ਗਲਵਕੜੀ ਵਿੱਚ ਲੈ ਲਿਆ ਤੇ ਕੱਲਾ ਗਲਵਕੜੀ ਚ ਹੀ ਨਹੀਂ ਲਿਆ, ਇਹ ਗੱਲ ਹੋਰ ਚੇਤੇ ਰੱਖਿਓ, ਕਹਿੰਦਾ ਉਹਨਾਂ ਲੋਕਾਂ ਨੂੰ ਧਰਤੀ ਤੋਂ ਚੁੱਕ ਕੇ ਉਹਨੇ ਗਲ ਨਾਲ ਨਹੀਂ ਲਾਇਆ, ਉਹਨਾਂ ਦੇ ਹੱਥਾਂ ਵਿੱਚ ਸ਼ਮਸ਼ੀਰਾਂ ਫੜਾ ਦਿੱਤੀਆਂ ਆ, ਉਹਨਾਂ ਦੇ ਸਿਰਾਂ ਤੇ ਦਸਤਾਰਾਂ ਸਜਾ ਕੇ ਸਰਦਾਰੀਆਂ ਦੇ ਦਿੱਤੀਆਂ ਆ। ਕਹਿੰਦਾ ਉਹਨਾਂ ਨੂੰ ਤਿਆਰ ਬਰ ਤਿਆਰ ਕਰਕੇ ਸ਼ਾਸਤਰ ਵੀ ਸਿਖਾਇਆ, ਭਾਵ ਧਰਮ ਗ੍ਰੰਥ ਦੀ ਬਾਣੀ ਪੜ੍ਹਨੀ ਵੀ ਸਿਖਾਈ, ਕਹਿੰਦਾ ਸ਼ਾਸਤਰ ਵੀ ਸਿਖਾਇਆ ਤੇ ਹੱਥਾਂ ਵਿੱਚ ਸ਼ਸਤਰ ਫੜਾ ਕੇ ਜੰਗ ਦੇ ਮੈਦਾਨ ਵਿੱਚ ਲੱਖਾਂ ਦਾ ਟਾਕਰਾ ਕਰਨ ਦੀ ਵੀ ਜਾਂਚ ਸਿਖਾ ਦਿੱਤੀ, ਤੇ ਕੱਲੀ ਜਾਂਚ ਹੀ ਨਹੀਂ ਸਿਖਾਈ, ਉਹਨੇ ਜੰਗ ਦੇ ਮੈਦਾਨ ਵਿੱਚ ਉਹਨਾਂ ਨੂੰ ਲੜਨ ਵਾਸਤੇ ਭੇਜਿਆ ਤੇ ਲੱਖਾਂ ਦੇ ਮੁਕਾਬਲੇ ਤੇ ਖੜਾ ਕਰ ਦਿੱਤਾ। ਕਹਿੰਦਾ ਐਸਾ ਦੁਨੀਆਂ ਤੇ ਜੇ ਅੱਜ ਤੱਕ ਮੈਂ ਕੋਈ ਰਹਿਬਰ ਤੇ ਪੈਗੰਬਰ ਇਸ ਧਰਤੀ ਤੇ ਮੈਂ ਤੱਕਿਆ ਆ ਇਤਿਹਾਸ ਦੇ ਪੰਨਿਆਂ ਤੇ, ਇੱਕੋ ਇੱਕ ਰਹਿਬਰ ਆ ਮਾਂ ਗੁਜਰੀ ਦਾ ਲਾਲ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਔਰ ਚੇਤੇ ਰੱਖਿਓ ਮੈਂ ਸ਼ਾਂਤ ਰਸ ਤੇ ਵੀਰ ਰਸ ਦੀ ਗੱਲ ਕਰ ਰਿਹਾ ਸਾਂ। ਅੱਜ ਜਿਹੜੇ ਸ਼ਹੀਦਾਂ ਦੀ ਤੁਸੀਂ ਯਾਦ ਮਨਾ ਰਹੇ ਹੋ, ਭਾਈ ਸਾਹਿਬ ਭਾਈ ਗੁਰਬਚਨ ਸਿੰਘ ਜੀ, ਔਰ ਇਹ ਤੁਹਾਨੂੰ ਕਦੀ ਚੇਤਾ ਨਾ ਭੁੱਲਿਓ, ਸ੍ਰੀ ਅਕਾਲ ਤਖਤ ਸਾਹਿਬ ਦੇ ਕੀ ਸੀਗੇ? ਜਥੇਦਾਰ। ਆ ਮੌਜੂਦਾ ਪਿਛਲੇ ਸਮੇਂ ਵਿੱਚ ਜਿਹੜਾ ਸਿੱਖ ਸੰਘਰਸ਼ ਲੰਘਿਆ ਇਹਦੇ 'ਚ ਦੋ ਜਥੇਦਾਰ ਤੁਹਾਡੇ ਸ਼ਹੀਦ ਹੋਏ, ਸ੍ਰੀ ਅਕਾਲ ਤਖਤ ਸਾਹਿਬ ਦੇ
ਪਿਛਲੇ ਸੰਘਰਸ਼ ਵਿੱਚ ਜਿਹੜਾ ਸਾਡੀਆਂ ਅੱਖਾਂ ਸਾਹਮਣੇ ਆਪਾਂ ਤੱਕਦੇ ਰਹੇ ਹਾਂ ਤੇ ਆਪਾਂ ਸੰਤਾਪ ਭੋਗਿਆ ਆ ਮੌਕੇ ਦੇ ਹਾਕਮਾਂ ਪਾਸੋਂ। ਉਹਦੇ ਵਿੱਚ ਦੋ ਗਿਆਨੀ ਗੁਰਦੇਵ ਸਿੰਘ ਜੀ ਕਾਉਂਕੇ ਔਰ ਸਤਿਕਾਰਯੋਗ ਬਾਬਾ ਗੁਰਬਚਨ ਸਿੰਘ ਜੀ ਮਾਣੋ ਚਾਲ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹੇ ਆ। ਔਰ ਬੀਤੇ ਸਮੇਂ ਦੇ ਵਿੱਚ ਸਰਦਾਰ ਫੂਲਾ ਸਿੰਘ ਜਿਨ੍ਹਾਂ ਨੂੰ ਆਪਾਂ ਅਕਾਲੀ ਫੂਲਾ ਸਿੰਘ ਕਹਿੰਦੇ ਹਾਂ ਨਸ਼ਹਿਰੇ ਦੀ ਜੰਗ ਦੇ ਵਿੱਚ ਜਿਹਨੇ ਗੁਰੂ ਦੇ ਲਾਲ ਨੇ ਸ਼ਹਾਦਤ ਦਾ ਜਾਮ ਪੀਤਾ ਵਾ ਉਹ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਉਸ ਵਕਤ ਦੇ। ਪਰ ਜਿਹੜੀ ਮੈਂ ਬੇਨਤੀ ਕਰਨ ਲੱਗਾ ਸਾਂ ਜਦੋਂ ਸ਼ਾਂਤ ਰਸ ਨਾਲ ਗੱਲ ਨਾ ਬਣੇ, ਕਿਉਂਕਿ ਇਹ ਜਿਹੜੇ ਸ਼ਹੀਦ ਆ ਬਾਬਾ ਗੁਰਬਚਨ ਸਿੰਘ ਹੋਰੀ ਜਿਨ੍ਹਾਂ ਦੀ ਤੁਸੀਂ ਅੱਜ ਬਾਤ ਪਾ ਰਹੇ ਜੇ ਉਹ ਬੀਰ ਰਸ ਵਾਲੇ ਸ਼ਹੀਦ ਆ, ਜਿਵੇਂ ਸਟੇਜ ਤੋਂ ਪਹਿਲਾਂ ਵੀ ਆਪ ਸੰਗਤਾਂ ਨਾਲ ਬਚਨ ਸਾਂਝਾ ਕੀਤਾ ਗਿਆ, ਉਹ ਬੀਰ ਰਸ ਵਾਲੇ ਜੂਝ ਕੇ ਸ਼ਹਾਦਤ ਦਾ ਜਾਮ ਪੀਣ ਵਾਲਾ ਸ਼ਹੀਦ ਆ ਉਹ। ਭਾਈ ਸਾਹਿਬ ਭਾਈ ਗੁਰਦਾਸ ਨੇ ਪੰਜ ਦਲੀਲਾਂ ਦਿੱਤੀਆਂ ਬੀਰ ਰਸ ਲਈ ਲੜ ਕੇ ਜੰਗ ਦੇ ਮੈਦਾਨ ਵਿੱਚ ਜੂਝ ਕੇ ਜਿਹੜਾ ਬੇਮੁਖ ਬੰਦਾ ਆ, ਗੁਰੂ ਤੋਂ ਟੁੱਟਿਆ ਹੋਇਆ ਇਨਸਾਨ ਆ ਆਪਣੇ ਹੱਕਾਂ ਵਾਸਤੇ ਤੇ ਬੇਮੁਖ ਲੋਕਾਂ ਨੂੰ ਸਾਧਣ ਵਾਸਤੇ ਕੀ ਕਰਨਾ ਪੈਂਦਾ ਆ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਆਓ ਤੁਹਾਨੂੰ ਦੱਸੀਏ ਪੰਜ ਦਲੀਲਾਂ, ਪੰਜ ਪ੍ਰਮਾਣ, ਪੰਜ ਉਦਾਹਰਨਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਦਿੱਤੀਆਂ। ਪਤਾ ਕੀ ਆਖਿਆ, ਜਿਹੜਾ ਕੰਮ ਭਾਈ ਗੁਰਬਚਨ ਸਿੰਘ ਮਾਣੋ ਚਾਲ ਹੋਰਾਂ ਨੇ ਕੀਤਾ, ਸਭ ਤੋਂ ਪਹਿਲੀ ਦਲੀਲ ਪਤਾ ਭਾਈ ਗੁਰਦਾਸ ਜੀ ਕੀ ਆਖਦੇ ਆ, ਕਹਿੰਦੇ ਖੂਹ ਦੇ ਵਿੱਚੋਂ ਪਾਣੀ ਕੱਢਣਾ ਹੋਵੇ, ਹੁਣ ਖੂਹ ਚ ਪਾਣੀ ਡੂੰਘਾ ਤੇ ਜਿਹੜੀ ਬਾਲਟੀ ਖੂਹ ਦੇ ਵਿੱਚ ਸੁੱਟਣੀ ਆ ਉਹਨੂੰ ਕੀ ਕਰਨਾ ਪੈਣਾ, ਆਖੋ ਸਤਨਾਮ ਸ਼੍ਰੀ। ਕਹਿੰਦੇ ਜਿਹੜੀ ਬਾਲਟੀ ਖੂਹ ਚ ਜਾਣੀ ਆ ਉਸ ਬਾਲਟੀ ਦਾ ਮੂੰਹ, ਉਸ ਬਾਲਟੀ ਦਾ ਕੁੰਡਾ ਰੱਸੇ ਨਾਲ ਸੰਗਲ ਨਾਲ ਬੰਨਣਾ ਪੈਣਾ। ਪਹਿਲੀ ਦਲੀਲ। ਦੂਸਰੀ, ਜਿਹੜਾ ਕਾਲਾ ਸੱਪ ਆ ਨਾਗ, ਕਾਲੇ ਨਾਗ ਸੱਪ ਦੇ ਸਿਰ ਦੇ ਉੱਤੇ ਮਣੀ ਆ, ਜਿਉਂਦਿਆਂ ਦੇ ਦੂਗਾ? ਜਿਹੜਾ ਕਾਲਾ ਸੱਪ ਆ ਜਿਉਂਦੇ ਜੀ ਮਣੀ ਦੇ ਦੂਗਾ? ਕੀ ਕਰਨਾ ਪੈਣਾ, ਮਣੀ ਕੱਢਣ ਵਾਸਤੇ ਸੱਪ ਮਾਰਨਾ ਪੈਣਾ। ਤੀਜਾ ਬਚਨ, ਜਿਹੜਾ ਹਿਰਨ ਆ ਹਿਰਨ ਦੀ ਨਾਭੀ ਦੇ ਵਿੱਚ ਕਸਤੂਰੀ ਆ, ਉਹ ਕਸਤੂਰੀ ਕੱਢਣ ਵਾਸਤੇ ਕੀ ਕਰਨਾ ਪਊਗਾ, ਹਿਰਨ ਦਾ ਕੀ ਕਰਨਾ ਪਊਗਾ ਜੀ, ਸ਼ਿਕਾਰ। ਜੇ ਖੂਹ ਚੋਂ ਪਾਣੀ ਕੱਢਣਾ ਤੇ ਬਾਲਟੀ ਦਾ ਕੁੰਡਾ ਰਸੇ ਨਾਲ ਬੰਨਣਾ ਪੈਣਾ, ਜੇ ਸੱਪ ਦੇ ਸਿਰ ਤੇ ਮਣੀ ਆ ਤੇ ਮਣੀ ਪ੍ਰਾਪਤ ਕਰਨੀ ਆ ਲੈਣੀ ਆ ਆਪਾਂ ਤੇ ਸੱਪ ਮਾਰਨਾ ਪੈਣਾ, ਜੇ ਹਿਰਨ ਦੀ ਨਾਭੀ ਦੇ ਵਿੱਚ ਕਸਤੂਰੀ ਆ ਤੇ ਹਿਰਨ ਦੀ ਨਾਭੀ ਚੋਂ ਕਸਤੂਰੀ ਲੈਣ ਵਾਸਤੇ ਹਿਰਨ ਦਾ ਸ਼ਿਕਾਰ ਕਰਨਾ ਪੈਣਾ। ਚੌਥਾ ਬਚਨ, ਤਿਲਾਂ ਦੇ ਵਿੱਚ ਤੇਲ ਆ, ਤਿਲਾਂ ਚ ਤੇਲ ਆ ਤੇ ਜੇ ਤੇਲ ਕੱਢਣਾ ਤੇ ਕੀ ਕਰਨਾ ਪੈਣਾ, ਕੋਲੂ ਕੋਲੂ ਚ ਪਾਉਣਾ ਪੈਣਾ, ਉਹਨੂੰ ਤਿਲਾਂ ਨੂੰ ਕੋਲੂ ਚ ਪੀੜਨਾ ਪੈਣਾ ਤਾਂ ਤੇਲ ਨਿਕਲਣਾ। ਪੰਜਵੀਂ ਦਲੀਲ, ਨਾਰੀਅਲ ਦੇ ਵਿੱਚ ਗਿਰੀ ਆ ਤੇ ਖਾਣ ਕੀ ਕਰਦਾ, ਕੀ ਕਰਨਾ ਪੈਣਾ। ਭਾਈ ਗੁਰਦਾਸ ਜੀ ਦੇ ਪ੍ਰਮਾਣ ਦੇਖੋ, ਦਲੀਲਾਂ ਦੇਖੋ ਕਿਹੋ ਜਿਹੀਆਂ। ਕਹਿੰਦੇ ਜੇ ਨਾਰੀਅਲ ਦੇ ਵਿੱਚੋਂ ਗਿਰੀ ਕੱਢ ਕੇ ਖਾਣੀ ਆ ਤੇ ਨਾਰੀਅਲ ਦਾ ਮੂੰਹ ਤੋੜਨਾ ਪੈਣਾ, ਭੰਨਣਾ ਪੈਣਾ। ਜੇ ਮੌਕੇ ਦਾ ਹਾਕਮ ਰੱਬ ਤੋਂ ਬੇਮੁਖ ਤੇ ਗੁਰੂ ਤੋਂ ਬੇਮੁਖ ਹੋਵੇ, ਜੇ ਤੁਹਾਡੇ ਸਾਹਮਣੇ ਕੋਈ ਤੁਹਾਡੇ ਤੇ ਚੜ੍ਹਾਈ ਤੇ ਤੁਹਾਡੇ ਧਰਮ ਵਾਸਤੇ ਖਤਰਾ ਹੋਵੇ ਤੇ ਸ਼ਮਸ਼ੀਰ ਮਿਆਨ ਵਿੱਚੋਂ ਬਾਹਰ ਕੱਢਣੀ ਪੈਣੀ ਆ। ਏਦਾਂ ਨੀਗਾ ਸਾਧਿਆ ਜਾਣਾ। ਉਹ ਪੜ੍ਹੀਏ ਬਚਨ, ਇਹ ਗੁਰਦਾਸ ਜੀ ਦੇ ਬਚਨ ਪੜ੍ਹੀਏ, ਆਖੋ ਸਤਨਾਮ ਸ਼੍ਰੀ। ਸ਼ਹਾਦਤ ਕੀ, ਬੀਰ ਰਸ ਕੀ ਆ, ਜੰਗ ਦੇ ਮੈਦਾਨ ਚ ਜੂਝਣਾ ਕੀ, ਲੜਨਾ ਕੀ ਆ, ਧਰਮ ਵਾਸਤੇ ਮਰਨਾ ਕੀ ਆ। ਸ਼੍ਰੀਮਾਨ ਭਾਈ ਗੁਰਦਾਸ ਜੀ ਨੇ ਬਚਨ ਵਰਤੇ, ਉਹ ਕਹਿੰਦੇ ਜਿਉਂ ਕਰ ਖੂਹ ਨਿਕਲੈ ਗਲ ਬੱਧੇ ਪਾਣੀ, ਜਿਉਂ ਮਣੀ ਕਾਲੇ ਸੱਪ ਸਿਰ, ਜਿਉਂ ਮਣੀ ਕਾਲੇ ਸੱਪ ਸਿਰ ਹੱਸ ਦੇ ਨਾ ਜਾਣੀ। ਕਹਿੰਦੇ ਹੱਸ ਕੇ ਦੇ ਦੂਗਾ, ਪਿਆਰ ਕਰੀ ਜਾਓ ਸੱਪ ਦੇ ਉੱਤੇ ਹੱਥ ਫੇਰੀ ਜਾਓ ਵੀ ਮੈਨੂੰ ਮਣੀ ਦੇ 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 ਦੂਗਾ, ਮਾਰਨਾ ਪੈਣਾ ਨਾ।
ਜਿਉਂ ਮਣੀ ਕਾਲੇ ਸੱਪ ਸਿਰ ਹੱਸ ਦੇ ਨਾ ਜਾਣੀ ਜਾਨ ਕਥੂਰੀ ਮਿਰਗ ਮਰ ਮੁੱਕੇ ਆਣੀ ਤੇਲ ਤਿਲੋਂ ਕਿਉਂ ਕੱਢੀ ਹੈ ਵਿਣ ਪੀੜੇ ਕਹਾਣੀ ਤਿਲਾਂ ਦੇ ਵਿੱਚੋਂ ਤੇਲ ਓਨੀ ਦੇਰ ਨਹੀਂ ਨਿਕਲਣਾ ਜਿੰਨੀ ਦੇਰ ਕੋਹਲੂ ਚ ਪੀੜ ਕੇ ਕਹਾਣੀ ਨਹੀਂ ਕੱਢੀ ਉਹਦੀ ਤੇਲ ਤਿਲੋਂ ਕਿਉਂ ਕੱਢੀ ਹੈ ਵਿਣ ਪੀੜੇ ਕਹਾਣੀ ਪੰਜਵੀਂ ਦਲੀਲ ਦਿੱਤੀ ਜਿਉਂ ਮੂੰਹ ਭੰਨੇ ਗਰੀ ਦੇ ਨਲੀਏਰ ਨਿਸਾਣੀ ਕਹਿੰਦੇ ਜੇ ਨਾਰੀਅਲ ਚੋਂ ਕੱਢ ਕੇ ਗਰੀ ਖਾਣੀ ਹੈ ਤੇ ਨਾਰੀਅਲ ਦਾ ਮੂੰਹ ਤੋੜਨਾ ਪੈਣਾ ਜੇ ਹੱਕ ਲੈਣਾ ਚਾਹੁੰਦਾ ਆ ਸੱਚ ਦੇ ਰਾਹ ਤੇ ਤੁਰਨਾ ਚਾਹੁੰਦਾ ਆ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਕੇ ਆਜ਼ਾਦੀ ਦੀ ਜ਼ਿੰਦਗੀ ਜੀਣੀ ਚਾਹੁੰਦਾ ਤੇ ਦੁਸ਼ਮਣ ਦਾ ਬੇਮੁਖ ਦਾ ਵੈਰੀ ਦਾ ਮੂੰਹ ਸ਼ਮਸ਼ੀਰ ਦੇ ਨਾਲ ਤੇ ਸ਼ਸਤਰਾਂ ਨਾਲ ਭੰਨਣਾ ਪੈਣਾ ਤੋੜਨਾ ਪੈਣਾ ਜਿਉਂ ਮੂੰਹ ਭੰਨੇ ਗਰੀ ਦੇ ਨਲੀਏਰ ਨਿਸ਼ਾਨੀ ਤੇ ਤੱਤ ਪਤਾ ਕੀ ਕੱਢਿਆ ਕਹਿੰਦੇ ਬੇਮੁਖ ਲੋਹਾ ਸਾਧੀ ਹੈ ਵਗਦੀ ਵਾਦਾਣੀ ਭਾਈ ਗੁਰਦਾਸ ਕਹਿੰਦੇ ਜਿਹੜਾ ਬੇਮੁਖ ਤੇ ਦੁਸ਼ਮਣ ਵੈਰੀ ਆ ਸਿੱਖੀ ਦਾ ਤੇ ਧਰਮ ਦਾ ਉਹਨੂੰ ਲੋਹੇ ਦੇ ਨਾਲ ਹੀ ਸਾਧਿਆ ਜਾ ਸਕਦਾ ਭਾਵ ਉਹਦਾ ਟਾਕਰਾ ਮੈਦਾਨ ਦੇ ਵਿੱਚ ਕੀਤਾ ਜਾ ਸਕਦਾ ਵੀਰ ਰਸ ਦੇ ਨਾਲ ਹੀ ਉਹ ਜਿਹੜਾ ਬੰਦਾ ਆ ਉਹਦਾ ਸੁਧਾਰ ਕੀਤਾ ਜਾ ਸਕਦਾ ਹੱਥ ਜੋੜਨ ਨਾਲ ਗੱਲ ਨਹੀਂ ਕੀ ਬਣ ਇੱਕ ਹੋਰ ਬੇਨਤੀ ਕਰਾਂ ਕਿਉਂਕਿ ਜਿਹੜੇ ਵੀਰ ਰਸ ਵਾਲੇ ਸ਼ਹੀਦ ਆ ਉਹਨਾਂ ਦਾ ਦਿਹਾੜਾ ਤੁਸੀਂ ਅੱਜ ਮਨਾ ਰਹੇ ਜੇ ਤਾਂ ਮੈਂ ਬੇਨਤੀ ਕਰ ਰਿਹਾ ਥੋੜੀ ਜਿਹੀ ਬਰੀਕੀ ਦੀ ਗੱਲ ਜੇ ਸਾਰਾ ਕੁਝ ਕਿਤਾਬਾਂ ਚੋਂ ਨਹੀਂ ਗਾ ਮਿਲਦਾ ਹੁੰਦਾ ਬਹੁਤ ਕੁਝ ਇਹੋ ਜਿਹਾ ਵਾ ਜਿਹੜਾ ਬਜ਼ੁਰਗਾਂ ਦੀ ਸੰਗਤ ਚ ਬਹਿ ਕੇ ਵੀ ਮਿਲਦਾ ਤੇ ਬੜਾ ਕੁਝ ਇਹੋ ਜਿਹਾ ਵਾ ਜਿਹੜਾ ਵਿਦਵਾਨਾਂ ਦੀ ਸੰਗਤ ਚ ਵੀ ਬਹਿ ਕੇ ਮਿਲਦਾ ਤੇ ਬੜਾ ਕੁਝ ਐਸਾ ਜੇ ਜਿਹੜਾ ਜੁੜਿਆ ਹੋਇਆਂ ਦੀ ਸੰਗਤ ਚ ਬਹਿ ਕੇ ਮਿਲਦਾ ਤਿੰਨ ਲਫ਼ਜ਼ ਕਲਗੀਧਰ ਪਾਤਸ਼ਾਹ ਨੇ ਸਾਨੂੰ ਦਿੱਤੇ ਆ ਧਿਆਨ ਨਾਲ ਸੁਣਿਓ ਤਿੰਨ ਸ਼ਬਦ ਪਤਾ ਕਿਹੜਾ ਕਿਹੜਾ ਇੱਕ ਲਫ਼ਜ਼ ਆ ਆਪਣੇ ਕੋਲ ਸਿੰਘ ਭਾਵੇਂ ਬੀਬੀਆਂ ਵਾਸਤੇ ਕੌਰ ਸ਼ਬਦ ਆ ਸਿੰਘ ਦਾ ਅਰਥ ਹੁੰਦਾ ਸ਼ੇਰ ਕੌਰ ਦਾ ਅਰਥ ਹੁੰਦਾ ਸ਼ਹਿਜਾਦੀ ਇੱਕ ਲਫ਼ਜ਼ ਆ ਤੁਹਾਡੇ ਕੋਲ ਸਿੰਘ ਸਿੰਘ ਦਾ ਅਰਥ ਆ ਸ਼ੇਰ ਇੱਕ ਦੂਸਰਾ ਲਫ਼ਜ਼ ਤੁਹਾਨੂੰ ਦਿੱਤਾ ਉਹ ਪਤਾ ਕੀ ਜੇ ਭੁਚੰਗੀ ਜਦੋਂ ਸਿੱਖ ਦੇ ਘਰ ਬੱਚਾ ਪੈਦਾ ਹੋਵੇ ਭੁਚੰਗੀ ਪੈਦਾ ਹੋਇਆ ਪਤਾ ਕਿੱਦਣ ਤੋਂ ਸ਼ੁਰੂ ਹੋਇਆ ਇਹ ਜਿੱਦਣ ਛੋਟੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਂ ਕਹਿੰਦਾ ਸੀ ਜਦੋਂ ਕਾਜੀ ਨੇ ਆਖਿਆ ਨਾ ਇਹਨਾਂ ਨੂੰ ਰਿਹਾ ਕਰ ਦਈਏ ਛੋਟੇ ਆਏ ਨਿੱਕੇ ਆਏ ਇਹਨਾਂ ਤੇ ਜ਼ੁਲਮ ਨਹੀਂ ਕਰਨਾ ਤੇ ਸੁਚਾਨੰਦ ਨੇ ਉੱਠ ਕੇ ਆਖਿਆ ਸੀ ਕੀ ਆਖਿਆ ਉਹਨੇ ਵੀ ਇਹ ਸੱਪ ਦੇ ਬੱਚੇ ਆ ਸੱਪ ਦੇ ਪੁੱਤ ਸਪੋਲੀਏ ਆਏ ਸੱਪ ਨੂੰ ਮਾਰਨਾ ਤੇ ਸੱਪ ਦੇ ਬੱਚਿਆਂ ਨੂੰ ਪਾਲਣਾ ਇਹ ਕਿੱਥੋਂ ਦੀ ਸਿਆਣ ਪਿਆ ਇਹਦਾ ਮਤਲਬ ਉਹਨੇ ਬਾਜਾਂ ਵਾਲੇ ਦੇ ਪੁੱਤਾਂ ਨੂੰ ਭੁਚੰਗੀ ਆਖਿਆ ਭੁਚੰਗਦਾਰ ਤੋਂ ਦਾ ਸੱਪ ਜਿੱਦਣ ਦਸ਼ਮੇਸ਼ ਪਿਤਾ ਨੂੰ ਪਤਾ ਲੱਗਾ ਮੇਰੇ ਜੋਰਾਵਰ ਤੇ ਮੇਰੇ ਫਤਿਹ ਨੂੰ ਵਜ਼ੀਰ ਖਾਂ ਦੀ ਸਭਾ ਚ ਭੁਚੰਗ ਭੁਚੰਗੀ ਸੱਪ ਆਖਿਆ ਗਿਆ ਉਦਣ ਉਹਨੇ ਤੁਹਾਨੂੰ ਹੁਕਮ ਕੀਤਾ ਸੀ ਸਿੱਖੋ ਖਾਲਸਾ ਜੀ ਪਤਾ ਬਾਜਾਂ ਵਾਲੇ ਨੇ ਕੀ ਆਖਿਆ ਕਹਿੰਦਾ ਜੇ ਮੇਰਾ ਜੋਰਾਵਰ ਤੇ ਮੇਰੇ ਫਤਿਹ ਭੁਚੰਗ ਆ ਸੱਪ ਵਾਏ ਖਾਲਸਾ ਜੀ ਜਦੋਂ ਤੁਹਾਡੇ ਘਰ ਲੜਕਾ ਬੱਚਾ ਪੈਦਾ ਹੋਏ ਮੇਰਾ ਖਾਲਸਾ ਆਖਿਆ ਕਰੂਗਾ ਮੇਰੇ ਘਰ ਭੁਚੰਗੀ ਪੈਦਾ ਹੋਇਆ ਆ ਬੇਟੀ ਪੈਦਾ ਹੋਈ ਆ ਆਖਣਗੇ ਭੁਚੰਗਣ ਪੈਦਾ ਹੋਈ ਆ ਸਿੰਘ ਦਾ ਅਰਥ ਸ਼ੇਰ ਭੁਚੰਗ ਦਾ ਅਰਥ ਸੱਪ ਤੀਜਾ ਸ਼ਬਦ ਇੱਕ ਤੁਹਾਨੂੰ ਦਿੱਤਾ ਉਹਨੇ ਨਿਹੰਗ ਭਾਵੇਂ ਨਿਹੰਗ ਦਾ ਅਰਥ ਹੰਗਤਾ ਤੋਂ ਰਹਿ ਤਿਆ ਭਾਈ ਕਾਨ ਸਿੰਘ ਨਾਭਾ ਨੇ ਇਹਦੇ ਸੱਤ ਅਰਥ ਕੀਤੇ ਆ ਨਿਹੰਗ ਦੇ ਉਹਦੇ ਵਿੱਚ ਇੱਕ ਨਿਹੰਗ ਦਾ ਅਰਥ ਆ ਮਗਰਮੱਛ ਪਤਾ ਲੱਗਦੀ ਗੱਲ ਪਤਾ ਕੀ ਬੇਨਤੀ ਕਰਨੀ ਹੁਣ ਮੈਂ ਆ ਸੁਣਿਓ ਭਾਈ ਗੁਰਬਚਨ ਸਿੰਘ ਦਾ ਦਿਨ ਮਨਾ ਰਹੇ ਜੇ ਨਾ ਸ਼ਹਾਦਤ ਦਿਨ ਮਾਨੋਚਾਲ ਜੀ ਦਾ ਸੁਣਿਓ ਬੇਨਤੀ ਸਿੰਘ ਦਾ ਅਰਥ ਸ਼ੇਰ ਭੁਚੰਗ ਦਾ ਅਰਥ ਸੱਪ ਨਿਹੰਗ ਦਾ ਅਰਥ ਮਗਰਮੱਛ ਇਹ ਤਿੰਨੇ ਕਿਸੇ ਦੇ ਪਾਲਤੂ ਨਹੀਂ ਗਏ ਜਿਹੜੇ ਖਾਲਸੇ ਨੂੰ ਸ਼ਬਦ ਦਿੱਤੇ ਨਾ ਉਹਨੇ ਦਸ਼ਮੇਸ਼ ਪਿਤਾ ਨੇ ਜੇ ਤੁਹਾਨੂੰ ਸਿੰਘ ਸ਼ਬਦ ਦਿੱਤਾ ਆ ਜੇ ਭੁਚੰਗੀ ਸ਼ਬਦ ਦਿੱਤਾ ਉਹਨੇ ਨਿਹੰਗ ਲਫ਼ਜ਼ ਦਿੱਤਾ ਆ ਦੋ ਗੱਲਾਂ ਧਿਆਨ ਚ ਰੱਖ ਲਿਓ ਪੱਲੇ ਬੰਨ ਕੇ ਲੈ ਕੇ ਜਾਣੀਆਂ ਘਰ ਤੱਕ ਇਹ ਤਿੰਨੇ ਕਿਸੇ ਦੇ ਪਾਲਤੂ ਨਹੀਂ ਗਏ ਇਹ ਕਿਸੇ ਦੇ ਟੁਕੜਾਂ ਤੇ ਨਹੀਂ ਪਲਦੇ ਤੇ ਦੂਸਰੀ ਗੱਲ ਇਹ ਇਹਨਾਂ ਨੂੰ ਸੰਗਲ ਪਾ ਕੇ ਪਿੰਜਰੇ ਚ ਨਹੀਂ ਪਾਇਆ ਜਾ ਸਕਦਾ ਖਾਲਸਾ ਕੀ ਹੈ ਤੂੰ ਫਿਰ ਆਖੋ ਸਤਨਾਮ ਸ਼੍ਰੀ ਨਾ ਇਹ ਕਿਸੇ ਦੇ ਟੁਕੜਾਂ ਤੇ ਪਲਦੇ ਆ ਕਿਤੇ ਰੱਖਿਓ ਨਾ ਇਹਨਾਂ ਨੂੰ ਸੰਗਲ ਪਾਇਆ ਜਾ ਸਕਦਾ ਆ ਨਾ ਇਹਨਾਂ ਨੂੰ ਕੈਦ ਕੀਤਾ ਜਾ ਸਕਦਾ ਇਹ ਪਿੰਜਰੇ ਚ ਨਹੀਂ ਗਏ ਪੈਂਦੇ ਤੇ ਭਾਵੇਂ ਚੌਥਾ ਲਫ਼ਜ਼ ਮੈਂ ਛੋਣਾ ਨਹੀਂ ਸੀ ਚਾਹੁੰਦਾ ਪਰ ਸਿਰਫ ਦੋ ਤਿੰਨ ਚਾਰ ਸਕਿੰਟ ਵਾਸਤੇ ਬੇਨਤੀ ਕਰਦਾ
ਜਿਹੜਾ ਪੰਛੀ ਉਹਨੇ ਆਪਣੇ ਮੋਢੇ ਤੇ ਬਿਠਾਇਆ ਵਾ ਬਾਜਾਂ ਵਾਲੇ ਨੇ, ਉਹ ਵੀ ਏਦਾਂ ਦਾ ਹੀ ਆ। ਕੀ ਆ ਉਹ? ਹਾਂ, ਬਾਜਾਂ ਵਾਲਾ ਕਹਿੰਦੇ ਜੀ ਨਾ, ਬਾਜ ਕਲਗੀਧਰ ਨੂੰ ਬਾਜਾਂ ਵਾਲਾ ਕਹਿੰਦੇ, ਉਹਦੇ ਕੋਲ ਬਾਜ ਵੀ ਆ। ਔਰ ਇੱਕ ਬੇਨਤੀ ਕਰਾਂ, ਜਿਹੜਾ ਬਾਜ ਆ ਧਰਤੀ ਤੇ ਨਹੀਂ ਜੇ ਬੈਠਦਾ, ਧਰਤੀ ਤੇ ਨਹੀਂ ਜੇ ਬੈਠਦਾ, ਉੱਚੀ ਜਗ੍ਹਾ ਤੇ ਬੈਠਦਾ ਤੇ ਉਡਾਰੀਆਂ ਵੀ ਉੱਚੀਆਂ ਆ। ਖਾਲਸਾ, ਇਹ ਸਾਰੇ ਦੀਆਂ ਸਾਰੀਆਂ ਚੀਜ਼ਾਂ ਵਸਤਾਂ ਵੀ ਜਿਹੜੀਆਂ ਮੇਰੇ ਕੋਲ ਆ, ਤੈਨੂੰ ਮੈਂ ਇਕੱਲਾ ਸਿੰਘ ਭੁਚੰਗੀ ਨਿਹੰਗ ਲਫ਼ਜ਼ ਹੀ ਨਹੀਂ ਦੇਣਾ। ਜੇ ਕੋਈ ਪੰਛੀ ਵੀ ਮੇਰੇ ਮੋਢੇ ਤੇ ਬੈਠਾ, ਮੇਰੇ ਕੋਲ ਮੇਰੇ ਹੱਥ ਤੇ ਬੈਠਾ, ਉਹਦੇ ਵਿੱਚੋਂ ਵੀ ਕੋਈ ਨਾ ਕੋਈ ਪ੍ਰੇਰਨਾ ਮੈਂ ਤੈਨੂੰ ਦੇਣੀ ਆ। ਤੂੰ ਕਿਸੇ ਅੱਗੇ ਝੁਕਣਾ ਨਹੀਂ, ਆਪਣੇ ਸਤਿਗੁਰੂ ਤੇ ਅਕਾਲ ਤੋਂ ਬਿਨਾਂ ਕਿਸੇ ਅੱਗੇ ਨਿਵਣਾ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਤੇਰੇ ਪੱਲੇ 'ਚ ਇੱਕ ਬਾਤ ਪਾ ਚੱਲਿਆ, ਬਿਨ ਕਰਤਾਰ ਨਾ ਕਿਰਤਮ ਮਾਨੋ, ਆਦ ਅਜੋਨ ਅਜੈ ਅਬਨਾਸੀ ਤੇ ਪਰਮੇਸ਼ਰ ਜਾਨੂ। ਅਕਾਲ ਤਖ਼ਤ ਦੀ ਗੱਲ ਚੱਲੀ ਸੀ, ਇੱਕ ਬੇਨਤੀ ਜਾਂਦਾ ਜਾਂਦਾ, ਤਿੰਨ ਚਾਰ ਮਿੰਟ ਮੇਰੇ ਬਾਕੀ ਆ, ਇਹ ਕਰਦਾ ਜਾਵਾਂ, ਧਿਆਨ ਨਾਲ ਸੁਣਿਓ ਗੱਲ, ਸਮਾਪਤੀ ਕਰ ਦੇਣੀ। ਜਿੱਦਣ ਵੱਡਾ ਘੱਲੂ ਘਰ ਹੋਇਆ ਨਾ, ਆ ਫਰਵਰੀ ਦਾ ਮਹੀਨਾ ਪਿੱਛੇ ਲੰਘ ਕੇ ਗਿਆ, ਅੱਜ ਮਾਰਚ ਪਹਿਲੀ ਆ, ਫਰਵਰੀ ਦੇ ਵਿੱਚ ਲੰਘ ਕੇ ਗਿਆ ਵੱਡਾ ਘੱਲੂ ਘਰ ਆ। 30,000 ਤੋਂ ਲੈ ਕੇ 35,000 ਦੇ ਕਰੀਬ ਤੱਕ ਸਿੰਘ ਸਿੰਘਣੀਆਂ ਬੱਚਿਆਂ ਨੇ ਸ਼ਹਾਦਤ ਦਾ ਜਾਮ ਪੀਤਾ। ਮਾਫ ਕਰਿਓ ਜੇ ਭਾਵੇਂ ਕੁਝ ਗੁਰੂ ਦੇ ਲਾਲ ਤੁਸੀਂ ਬੈਠੇ ਜੇ, ਰਾਤੀ ਮੈਂ ਗੁਰੂ ਨਾਨਕ ਸਿੱਖ ਗੁਰਦੁਆਰਾ ਉੱਥੇ ਵੀ ਇਹ ਥੋੜ੍ਹੀ ਜਿਹੀ ਬੇਨਤੀ 2 ਮਿੰਟ ਦੀ ਮੈਂ ਕੀਤੀ ਸੀਗੀ, ਪਰ ਆਹ ਗੱਲ ਜ਼ਰੂਰ ਅੱਜ ਐਤਵਾਰ ਦੇ ਦੀਵਾਨ 'ਚ ਤੁਸੀਂ ਬੈਠੇ ਤੇ ਸ਼ਹੀਦਾਂ ਦਾ ਦਿਨ ਮਨਾ ਰਹੇ ਜੇ, ਤਾਂ ਸਿਰਫ ਮੈਂ ਬੇਨਤੀ ਕਰਨ ਲੱਗਾ। ਮੇਰਾ ਮਨ ਹੁੰਦਾ ਵੀ ਕਿਸੇ ਵੀ ਗੁਰਦੁਆਰੇ ਕਥਾ ਹੋਈ, ਭਾਵੇਂ ਮੈਂ 2 ਮਹੀਨੇ ਰਿਹਾ, 3 ਮਹੀਨੇ ਰਿਹਾ, ਦੂਜੇ ਗੁਰਦੁਆਰੇ ਦੀ ਕਥਾ ਕਿਤੇ ਰਿਪੀਟ ਨਾ ਹੋਵੇ, ਪਰ ਅੱਜ ਉਹ ਤੁਸੀਂ ਐਤਵਾਰ ਦੇ ਦੀਵਾਨ 'ਚ ਬੈਠੇ ਜੇ, ਤਾਂ ਮੈਂ ਬੇਨਤੀ ਕਰ। ਫਰਵਰੀ ਦੇ ਮਹੀਨੇ 'ਚ ਵੱਡਾ ਘਰ ਆਇਆ, ਫਰਵਰੀ ਦੇ ਮਹੀਨੇ 'ਚ ਆ, 21 ਫਰਵਰੀ 1921 ਨੂੰ ਜਿਹੜਾ ਸਾਕਾ ਹੋਇਆ ਸੀ, ਸਾਕਾ ਨਨਕਾਣਾ ਸਾਹਿਬ ਦਾ, ਇਹ ਅਗਲੇ ਸਾਲ 100 ਸਾਲਾ ਸ਼ਤਾਬਦੀ ਆ ਰਹੀ ਹੈ ਇਹਦੀ ਸ਼ਹੀਦਾਂ ਦੀ। ਇਹ 99 ਸਾਲਾ ਸੀ ਐਤਕੀ ਜਿਹੜਾ ਲੰਘ ਕੇ ਗਿਆ, ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ, ਜਿਹਨਾਂ ਨੂੰ ਤੁਸੀਂ ਰੋਜ਼ ਅਰਦਾਸ ਵਿੱਚ ਕਹਿੰਦੇ ਹੋ, ਜਿਹਨਾਂ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਅਗਲੇ ਸਾਲ ਫਰਵਰੀ 2021 ਦੇ ਵਿੱਚ 100 ਸਾਲ, ਇੱਕ ਪਹਿਲੀ ਸ਼ਤਾਬਦੀ ਆਉਣੀ ਉਹਨਾਂ ਸ਼ਹੀਦਾਂ ਦੀ। ਪਰ ਮੇਰੀ ਬੇਨਤੀ ਸੁਣਿਓ, ਵੱਡੇ ਘੱਲੂ ਘਰ ਵਿੱਚ ਇੱਕ ਗੁਰੂ ਕਾ ਖਾਲਸਾ ਜ਼ਖਮੀ ਹੋਇਆ, ਜ਼ਖਮੀ ਦੇ ਭਾਵੇਂ ਹੋਰ ਵੀ ਸਿੰਘ ਹੋਏ, ਸਰਦਾਰ ਜੱਸਾ ਸਿੰਘ ਆਲੂਵਾਲੀਏ ਦੇ ਸਰੀਰ 22 ਫੱਟ ਲੱਗੇ। ਇੱਕ ਜ਼ਖਮੀ ਸਿੰਘ, ਉਹਦਾ ਨਾਂ ਸੀ ਭਾਈ ਈਸ਼ਰ ਸਿੰਘ। ਸ਼ਾਮਾਂ ਪਈਆਂ, ਜੰਗ ਬੰਦ ਹੋ ਗਈ, ਸਰਦਾਰ ਈਸ਼ਰ ਸਿੰਘ ਨੂੰ ਜੱਸਾ ਸਿੰਘ ਆਲੂਵਾਲੀਏ ਨੇ ਆਪਣੇ ਘੋੜੇ ਤੇ ਲੱਦਿਆ ਤੇ ਕਹਿੰਦੇ ਵੀ ਇਹਦੇ ਪਿੰਡ ਲੈ ਜਾਈਏ। ਬੜਾ ਪਿਆਰਾ ਕਵੀਸ਼ਰੀ ਜਥਾ ਯਾਨੀ ਜੋਗਾ ਸਿੰਘ ਜੀ ਭਗੋਵਾਲੀਆ, ਸੰਗਤਾਂ 'ਚ ਸੁਭਾਈਮਾਨ, ਇਹਨਾਂ ਵੀ ਤੁਹਾਨੂੰ ਇਤਿਹਾਸ ਸਰਵਣ ਕਰਨਾ, ਪੰਥ ਦਾ ਬਹੁਤ ਪਿਆਰਾ ਜਥਾ ਆ। ਆ ਪਿਛਲੇ ਦਿਨੀ ਇੱਥੇ ਤੁਹਾਨੂੰ ਗੁਰੂ ਚਰਨਾਂ ਨਾਲ ਜੋੜਦੇ ਰਹੇ, ਦਾਸ ਨਾਲ ਸੁਨੇਹ ਆ ਇਹਨਾਂ ਦਾ। ਪਰ ਮੇਰੀ ਬੇਨਤੀ ਸੁਣਿਓ, ਲਾਹਾ ਲੈ ਕੇ ਜਾਇਓ ਇਹਨਾਂ ਕੋਲੋਂ, ਪਿੰਡ ਲੈ ਕੇ ਇਹਦੇ ਚੁੱਕ ਕੇ ਤੇ ਸਰੀਰ 'ਚੋਂ ਇੰਨਾ ਲਹੂ ਇਹਦੇ ਜਾ ਚੁੱਕਾ ਵੀ ਇਹਨੇ ਤੇ ਬਾਕੀ ਸਿੰਘਾਂ ਨੇ ਇਹ ਆਈਡੀਆ ਲਾ ਲਿਆ ਵੀ ਇਹਨੇ ਹੁਣ ਅਕਾਲ ਚਲਾਉਣਾ ਕਰ ਜਾਣਾ। ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਨਗਰ ਲਹਿਰੇ ਗਾਗੇ ਦੇ ਕੋਲ ਆ, ਉਹਦੇ ਪਿੰਡ ਲੈ ਗਏ ਇਹਨੂੰ ਸ਼ੀਆਂ ਦੌਲਾ। ਅੰਮ੍ਰਿਤ ਵੇਲਾ ਹੋਇਆ, ਭਾਵੇਂ ਮਲਮ ਪੱਟੀ ਥੋੜ੍ਹੀ ਬਹੁਤੀ ਕੀਤੀ ਪਰ ਗੱਲ ਨਾ ਬਣੀ। ਜ਼ਖਮੀ ਆ ਸਾਰੇ ਸਿੰਘ ਆਲੇ ਦੁਆਲੇ ਖਲੋਤੇ। ਅੰਮ੍ਰਿਤ ਵੇਲੇ ਜਦੋਂ ਵੇਖਿਆ ਸਿੰਘਾਂ ਨੇ ਵੀ ਇਹਨੇ ਅਕਾਲ ਚਲਾਉਣਾ ਕਰ ਜਾਣਾ, ਸ਼ਹੀਦ ਹੋ ਜਾਣਾ, ਤੇ ਜੱਸਾ ਸਿੰਘ ਆਲੂ ਵਾਲੀਆ ਕਹਿੰਦਾ, ਈਸ਼ਰ ਸਿਆਂ ਕੋਈ ਬਚਨ ਕਰਨਾ ਹੀ, ਗੱਲ ਕਰਨੀ ਹੋ ਕੋਈ? ਕਹਿੰਦਾ ਵੀ ਇੱਕ ਬਚਨ ਮੈਂ ਆਖਰੀ ਵੇਲੇ ਕਰ, ਆਖਰੀ ਦਮ ਇਹ ਬਚਨ ਕਰਕੇ ਮੈਂ ਲੈਣਾ ਤੇ ਅਕਾਲ ਚਲਾਉਣਾ ਕਰ ਜਾਣਾ, ਸ਼ਹੀਦ ਹੋ ਜਾਣਾ। ਕਹਿੰਦੇ ਦੱਸ। ਕਹਿੰਦਾ ਮੇਰਾ ਪੁੱਤ ਮੇਰੇ ਲਾਗੇ ਲਿਆਓ, ਮੇਰਾ ਬੇਟਾ ਮੇਰੇ ਲਾਗੇ ਲਿਆਓ। 2 ਸਾਲ ਦਾ ਸੀ ਇਹਦਾ ਪੁੱਤ, 2 ਸਾਲ ਦਾ ਸੀ ਇਹਦਾ ਬੱਚਾ। ਹੁਣ ਇਹ ਨਹੀਂ ਵੀ ਇਹਦੇ ਅੰਦਰ ਕੋਈ ਪੁੱਤ ਦਾ ਮੋਹ ਜਾਗ ਪਿਆ, ਮਮਤਾ ਜਾਗ ਪਈ ਆ, ਨਾ। ਕੋਲ ਲੈਂਦਾ, ਅੰਮ੍ਰਿਤ ਵੇਲਾ ਸੀ, ਠਾਇਆ ਸੁੱਤਾ ਬੱਚਾ। ਜੱਸਾ ਸਿੰਘ ਆਲੂ ਵਾਲੀ ਆ ਕੌਮ ਦੇ ਹੋਰ ਜਰਨੈਲ ਕੋਲ ਖਲੋਤੇ, ਕਹਿੰਦੇ ਈਸ਼ਰ ਸਿਆਂ ਆ ਗਿਆ ਤੇਰਾ ਪੁੱਤ, ਮੰਜੇ ਤੇ ਪਿਆ ਲੰਮਾ ਈਸ਼ਰ ਸਿੰਘ। 2-4 ਮਿੰਟਾਂ ਤੱਕ ਉਹਨੇ ਸਵਾਸ ਛੱਡ ਜਾਣੇ, ਵੱਡੇ ਘੱਲੂ ਘਾਰੇ ਦਾ ਸ਼ਹੀਦ ਆ। ਦੱਸ ਕੀ ਗੱਲ ਕਰਨੀ? ਕਹਿੰਦਾ ਜੱਸਾ ਸਿਆਂ, ਅੱਜ ਮੈਂ ਆਪਣਾ ਪੁੱਤ ਪੰਥ ਦੀ ਝੋਲੀ ਵਿੱਚ ਪਾਉਣ ਲੱਗਾ,
ਤੇ ਤੂੰ ਕੌਮ ਦਾ ਬੜਾ ਤਕੜਾ ਜਰਨੈਲ, ਸੁਲਤਾਨ ਉਲ ਕੌਮ ਤੈਨੂੰ ਪੰਥ ਨੇ ਕਿਹਾ, ਇਹਦੀ ਬਾਂਹ ਫੜ ਲਾ ਮੇਰੇ ਪੁੱਤ ਦੀ, 2 ਸਾਲਾਂ ਦੇ ਬੱਚੇ ਦੀ, ਤੇ ਸਮਝ ਵੀ ਮੈਂ ਪੰਥ ਦੀ ਝੋਲੀ ਚ ਪਾਤਾ। ਇਹਨੂੰ ਇਹੋ ਜਿਹੀ ਸਿੱਖਿਆ ਦੇਣੀ ਆ ਤੇ ਇਹੋ ਜਿਹਾ ਇਹਦਾ ਜੀਵਨ ਘੜਨਾ ਜਿੱਦਾਂ ਪੰਥ ਵਾਸਤੇ ਮੈਂ ਸ਼ਹੀਦ ਹੋਣ ਲੱਗਾ ਤੇ ਮਰਨ ਲੱਗਾ, ਆਪਣਾ ਲਹੂ ਡੋਲ ਕੇ ਮੇਰੀ ਕਲਗੀਆਂ ਵਾਲੇ ਦੇ ਚਰਨਾਂ 'ਚ ਅਰਦਾਸ ਆ, ਮੇਰਾ ਪੁੱਤ ਵੀ ਏਦਾਂ ਧਰਮ ਵਾਸਤੇ ਲਹੂ ਡੋਲੇ ਆਪਣਾ ਤੇ ਸ਼ਹੀਦ ਹੋਵੇ। ਜੱਸਾ ਸਿੰਘ ਆਲੂ ਵਾਲੀਆਂ ਨੇ ਉਹਦੇ ਪੁੱਤ ਦੀ ਫੜ ਲਈ ਬਾਂਹ, ਚੁੱਕ ਲਿਆ ਗੋਦੀ 'ਚ, ਕੁਛੜ ਚੁੱਕ ਲਿਆ 2 ਸਾਲ ਦਾ ਬੱਚਾ। ਕਹਿੰਦੇ ਈਸ਼ਰ ਸਿੰਘ ਵੇਖ, ਮੈਂ ਚੁੱਕ ਲਿਆ, ਕੌਮ ਦਾ ਜਰਨੈਲ ਆ, ਮੈਨੂੰ ਬੜਾ ਮਾਣ ਤੁਸੀਂ ਦਿੱਤਾ, ਇਹ ਪੰਥ ਨੇ ਸੰਭਾਲ ਲਿਆ, ਮੈਂ ਯਤਨ ਕਰੂੰਗਾ ਤੇਰੇ ਪੁੱਤ ਨੂੰ ਬਾਣੀ ਤੇ ਬਾਣਾ, ਸ਼ਾਸਤਰ ਤੇ ਸ਼ਸਤਰ, ਇਹੋ ਜਿਹੀ ਵਿਦਿਆ ਤੇ ਗਿਆਨ ਦਵਾਂ ਕਿ ਤੇਰਾ ਪੁੱਤ ਧਰਮ ਵਾਸਤੇ ਕੁਰਬਾਨ ਹੋਵੇ, ਮੇਰਾ ਪੂਰਾ ਜ਼ੋਰ ਲੱਗੂਗਾ, ਅੱਗੇ ਬਾਜਾਂ ਵਾਲਾ ਜਾਣਾ। ਉਸੇ ਵੇਲੇ ਫਤਿਹ ਬੁਲਾਈ, ਭਾਈ ਈਸ਼ਰ ਸਿੰਘ ਨੇ ਸ਼ਹਾਦਤ ਦਾ ਜਾਮ ਪੀ ਅਕਾਲ ਚਲਾਣਾ ਕਰ ਗਿਆ। ਮੇਰੇ ਕਹਿਣ ਦਾ ਭਾਵ, ਅਗਲੀ ਬਾਤ ਧਿਆਨ ਨਾਲ ਸੁਣਿਓ, ਸਿਰਫ 1 ਮਿੰਟ। ਸਾਧ ਸੰਗਤ, ਉਹ ਸਰਦਾਰ ਈਸ਼ਰ ਸਿੰਘ ਦਾ ਪੁੱਤ ਜਿਹੜਾ ਈਸ਼ਰ ਸਿੰਘ ਵੱਡੇ ਘੱਲੂਘਾਰੇ ਦਾ ਸ਼ਹੀਦ ਸੀ, ਉਹਦੇ ਪੁੱਤ ਨੂੰ ਜਦੋਂ ਪੰਥ ਦੀ ਝੋਲੀ 'ਚ ਪਾ ਕੇ ਉਹਦੀ ਪਾਲਣਾ ਹੋਈ, ਉਹ ਸਰਦਾਰ ਈਸ਼ਰ ਸਿੰਘ ਦਾ ਬੇਟਾ ਅਕਾਲੀ ਫੂਲਾ ਸਿੰਘ ਬਣਿਆ। ਅਕਾਲੀ ਫੂਲਾ ਸਿੰਘ ਬਣਿਆ, ਜਿਹਨੇ ਆਖਿਆ ਮੋਹੇ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ, ਪਰਾ ਹਮਾਰੇ ਬਾਰ। ਉਹਨਾਂ ਨੇ ਮੰਨ ਲਿਆ ਵਾ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣ ਕਰ ਦੋ ਆਓ। ਹਮਾਰੇ ਪਾਸ ਸਮਾਂ ਸਮਾਪਤ ਆ, ਉਹਨਾਂ ਸ਼ਹੀਦਾਂ ਨੂੰ ਕਰੋੜਾਂ ਕਰੋੜਾਂ ਵਾਰੀ ਪ੍ਰਣਾਮ, ਜਿਹੜੇ ਧਰਮ ਵਾਸਤੇ, ਸੱਚ ਵਾਸਤੇ, ਕੌਮ ਵਾਸਤੇ, ਪੰਥ ਵਾਸਤੇ, ਜਿਹੜੇ ਸ਼ਹਾਦਤ ਦਾ ਜਾਮ ਪੀ ਗਏ, ਤੁਹਾਡੇ ਗਲੋਂ ਗੁਲਾਮੀ ਦਾ ਜੂੜਾ ਲਾਉਣ ਵਾਸਤੇ, ਜਿਹੜੇ ਆਪਣਾ ਲਹੂ ਡੋਲ ਗਏ ਤੇ ਸਾਨੂੰ ਉਸ ਨਕਸ਼ੇ ਕਦਮ ਦੇ ਉੱਤੇ ਚੱਲਣ ਦਾ ਆਦਰਸ਼ ਦਰਸਾ ਗਏ, ਉਹਨਾਂ ਨੂੰ ਕਰੋੜਾਂ ਵਾਰੀ ਨਮਸਕਾਰ। ਮਹਾਨ ਸਿਜਦਾ ਹੈ ਉਹਨਾਂ ਮਹਾਨ ਸ਼ਹੀਦਾਂ ਦੀ, ਮਹਾਨ ਸ਼ਹਾਦਤ ਨੂੰ ਗੁਰੂ ਬਖਸ਼ਿਸ਼ ਕਰੇ। ਇੱਧਰ ਦੀ, ਇੱਥੇ ਮੈਂ ਉਤਰਿਆ ਸੀ ਵੈਨਕੂਵਰ 2-3 ਦਿਨ ਪਹਿਲਾਂ, ਕੱਲ੍ਹ ਨੂੰ ਮੈਂ ਟੋਰਾਂਟੋ ਮਾਲਟਨ ਗੁਰੂ ਘਰ ਚਲੇ ਜਾਣਾ, ਉੱਥੇ ਅਪ੍ਰੈਲ ਮਾਰਚ ਦਾ ਸਾਰਾ ਮਹੀਨਾ ਦਾਸ ਨੇ ਉੱਥੇ ਹਾਜ਼ਰੀ ਭਰਨੀ ਹੈ, ਮੈਂ ਜਾ ਕੇ 30 ਤਰੀਕ ਨੂੰ ਵਾਪਸ ਆਊਂਗਾ ਉੱਥੋਂ 30 ਮਾਰਚ ਨੂੰ, ਸਾਰਾ ਅਪ੍ਰੈਲ ਦਾ ਮਹੀਨਾ, ਵਿਸਾਖੀ ਦਾ, ਖਾਲਸੇ ਦਾ ਸਿਰਜਣਾ ਦਿਵਸ, ਜਿਵੇਂ ਜਿਵੇਂ ਆਪ ਸੰਗਤਾਂ ਪ੍ਰਬੰਧਕਾਂ ਦਾ ਹੁਕਮ ਹੋਏਗਾ ਤੁਹਾਡੇ ਉਦੋਂ ਜੋੜੇ ਝਾੜੂੰਗਾ ਆ ਕੇ। ਸਾਰੀਆਂ ਸੰਗਤਾਂ ਦੇ ਦਿੱਤੇ ਪਿਆਰ ਸਤਿਕਾਰ ਦਾ ਬਹੁਤ ਬਹੁਤ ਧੰਨਵਾਦ। ਸਮੁੱਚੀ ਪ੍ਰਬੰਧਕ ਕਮੇਟੀ, ਸਕੱਤਰ ਸਾਹਿਬ, ਮੁੱਖ ਸੇਵਾਦਾਰ, ਸਾਰਿਆਂ ਦੇ ਦਿੱਤੇ ਪਿਆਰ ਸਤਿਕਾਰ ਦਾ ਧੰਨਵਾਦੀ ਹਾਂ। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਮ ਰੋਮ ਕਰਕੇ ਸ਼ੁਕਰ, ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।